ਇਹਦੇ ਪਏ ਵੇ ਪੂਰਾ ਭਰਿਆ ਪਏ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਫਿੱਟੋ ਖਰੀਅਤ ਹੈ? ਮੈਂ ਤੇ ਠੀਕ ਠਾਕ ਹੋ, ਸੁਖਰੀਅਤ ਨਾਲ ਹੋ। ਸੋ ਤੇ ਅੱਜ ਹੁਣ ਗਿਆ ਸੀ ਸ਼ਾਰਦ, ਥੋੜ੍ਹਾ ਬਹੁਤ ਕੰਮ ਆਈ ਸ਼ਕੂਰ ਕੋ ਲਿਖਾਵਣੇ ਡਾਕਟਰ ਰਿਪੋਰਟ ਹੀ ਚਾਹਦੇ ਸੀ ਆਪਣਾ ਮੈਡੀਕਲ ਖੂਨ ਟੈਸਟ ਦਾ ਰਿਪੋਰਟ ਇੱਕ ਚਾਹਵਣੇ ਉਹ ਹੀ ਚਾਹਦੇ ਸੀ ਅਤੇ ਹੁਣ ਅਸਾਂ ਅੱਗੇ ਥੋੜ੍ਹਾ ਵਿਲਾਗ ਬਣਾ ਕੇ ਨੂੰ ਕਿਉਂਕਿ ਇੱਕ ਦੂ ਦੁਬਾਰਾ ਤਾਂ ਸਾਰਾ ਵਿਲਾਗ ਨਹੀਂ ਆਇਆ ਕਿਉਂਕਿ ਮਸਰੂਫੀਅਤ ਦੀ ਵਜ੍ਹਾ ਕੋਲੋਂ। ਅਤੇ ਹੁਣ ਇਨਸ਼ਾਅੱਲਾ ਅੱਜ ਵਿਲਾਗ ਬੜੇ ਸੋ ਅਤੇ ਮੌਸਮ ਅੱਜ ਬਹੁਤ ਪਿਆਰਾ ਬਣਿਆ ਮੇਰੇ ਦੇ ਤੋਂ। ਅਤੇ ਮੌਸਮ ਅੱਜ ਬਹੁਤ ਹੀ ਪਿਆਰਾ ਹੈ ਮਾਸ਼ਾਅੱਲਾ, ਅਤੇ ਚਾਰ ਪੰਜ ਵਾਰਾਂ ਕੋਲੋਂ ਗਰਮੀ ਆਈ, ਅੱਜ ਮੌਸਮ ਬਹੁਤ ਹੀ ਪਿਆਰਾ ਹੈ। ਇਨਸ਼ਾਅੱਲਾ ਅੱਗੋਂ ਤੋਂ ਵਿਲਾਗ ਲਿਖੇ ਸੋ ਜਲਦੀ ਬਹਿਕਾਰ। ਹੁਣ ਅਸਾਂ ਆ ਗਏ ਮੈਡੀਕਲ ਸਟੋਰ ਅਤੇ ਸ਼ਕੂਰ ਅਤੇ ਦਵਾਈ ਕਹਿੰਦਾ ਮੈਂ ਵੀਰਸ ਅਸਾਂ ਐਸੇ ਚਾਹ ਪਿਉਣ, ਗਰਮੀ ਹੈ ਬਹੁਤ ਸ਼ਦੀਦ ਗਰਮੀ, ਲੱਗਣ ਸਿਰੇ ਦਰਦ ਹੀ ਥਾਈ, ਐਸੇ ਚਾਹ ਪਿਉਣ ਦੇ ਪਏ ਜ਼ਬਰਦਸਤ ਚਾਹ ਬਣਦੇ ਅੰਗਾਰੇ ਨਾਲ। ਅਤੇ ਮਾਰਕੀਟ ਟਰੱਕੇ ਵਾਲਾ ਅਤੇ ਇਹਦੇ ਪਏ ਵੇ ਟਰੱਕੇ ਵਾਲਾ ਸਾਰਾ ਮਾਰਕੀਟ, ਗਰਮੀ ਹੈ ਫੁੱਲ ਗਰਮੀ ਹੈ, ਸਗੋਂ ਲੱਗੇ ਪਏ ਟਾਈਮ ਤਕਰੀਬਨ 4:30 ਦਾ ਹੈ। ਤਾਂ ਕਿ ਨੂਰ ਬਈਆ ਕਿਸੇ ਜੁਲਦੇ ਹੈ ਸਿਰੇ ਦਰਦ ਹੈ ਚਾਹ ਪੀਂਦੇ ਹੈ, ਅਤੇ ਥਾਈ ਆ ਗਏ ਅਸੀਂ ਚਾਹ ਪੀਣ ਦਾ ਜ਼ਬਰਦਸਤ ਚਾਹ ਹੁੰਦੇ ਪਠਾਣ ਦਾ ਮਾਸ਼ਾਅੱਲਾ, ਬਹੁਤ ਹੀ ਪਿਆਰਾ ਚਾਹ ਹੁੰਦੇ ਉਹਦੇ ਜ਼ਬਰਦਸਤ ਵੀ ਹੈ। ਪੂਰਾ ਭਰਿਆ ਪਏ ਪਾਣੀ ਬਹੁਤ ਹੀ ਤੇਜ਼ ਹੈ, ਅਤੇ ਅਸਾਂ ਕਿ ਚਲੋ ਵੀ ਤੂੰ ਹੀ ਦਿਖਾ ਦੇਵੋ ਕਿਤਨਾ ਪਾਣੀ ਤੇਜ਼ ਹੈ। ਅਤੇ ਟਾਈਮ ਤੱਕ ਮੈਂ ਦੂਜਾ ਜਿੰਨਾ ਪਏ ਅਤੇ ਨਾ ਅਸਾਂ ਫਰੈਸ਼ ਜੀ ਆਪਣਾ ਨਾ ਕੱਚਾ, ਅਤੇ ਰੋਟੀ ਸੇਕ ਲੱਗਿਆ ਪਏ ਦੂਜੇ ਪਏ ਰੋਟੀ ਖਾਂਦੇ ਹੈ, ਅਤੇ ਫਰੈਸ਼ ਜੀ ਨੇ ਆਪਣੇ ਜਿਵੇਂ ਚਲਾ ਵੀ ਦਿੱਤਾ ਜ਼ਰੂਰ ਫੇਰ ਫਿਰ ਸੀ ਅਤੇ ਨਹਿਰ ਦਾ ਇੱਕ ਕਰ ਦੇ। ਵੀਵਰਸ ਹੁਣ ਅਸਾਂ ਆ ਗਏ ਆਪਣਾ ਫਨੀ ਵੀਡੀਓਜ਼ ਬਣਾਉਣ, ਫਨੀ ਵੀਡੀਓਜ਼ ਬਣਾ ਰਹੇ ਤੁਸੀਂ ਨੂਰ ਕੋ ਅਸਾਂ ਪਹਿਲੇ ਭੇਜੇ ਤੁਸੀਂ ਕੋਈ ਕੰਮ ਹੀ ਹੋ ਗਏ, ਅਤੇ ਮੈਂ ਕਿ ਚਲੋ ਵੀਵਰਸ ਕੋ ਥੋੜ੍ਹਾ ਬਹੁਤ ਦੱਸਾ ਦਿਓ ਕਿ ਅਸਾਂ ਅਜੇ ਆਪਣਾ ਫਨੀ ਵੀਡੀਓਜ਼ ਬਣਾਏ ਸੀ, ਕੱਲ੍ਹ ਅਸਾਂ ਨਹੀਂ ਬਣਾ ਸਕੇ ਕਿਉਂਕਿ ਕੱਲ੍ਹ ਕੋਈ ਮਸਲਾ ਮਸਾਇਲ ਬਣ ਗਏ, ਕੱਲ੍ਹ ਨਹੀਂ ਬਣਾ ਸਕੇ। ਅੱਜ ਆਪਣਾ ਫਨੀ ਵੀਡੀਓਜ਼ ਬਣਾਏ ਵੇ, ਸਾਹਮਣੇ ਰਹਿੰਦੇ ਪਏ ਵੇ, ਨੈੱਟ ਪ੍ਰੈਕਟਿਸ ਸੀ ਨਾ ਪਏ, ਮੈਚ ਖੇਡਦੇ ਪਏ, ਪ੍ਰੈਕਟਿਸ ਕਰਦੇ ਪਏ, ਸੂਰਜ ਬਿਲਕੁਲ ਢਲ ਗਏ, ਅਤੇ ਹੁਣ ਅਸਾਂ ਜੁਲਦੇ ਪਿਆ ਕੋ ਅਤੇ ਵੇਂਦੇ ਨਮਾਜ਼ ਪੜ੍ਹਦੇ ਹਾਂ ਅਸਰ ਦਾ। ਵੀਡੀਓ ਆਇਆ ਦਿਨ ਮੇਰਾ ਵੀਡੀਓ ਹਾਂ, ਸਲਾਮ ਕਰ ਸਲਾਮ ਕਰ ਤੂੰ ਬਈ। ਇਹ ਬੇ ਬਿਰਾ ਮੇਰਾ ਮਾਸ਼ਾਅੱਲਾ, ਹਾਂ ਤੂੰ ਵੀ ਉਹਦੇ ਨਾਲ ਸਲਾਮ ਕਰ। ਵੱਡੇ ਦੇ ਪਿਆ ਵੇ ਮਨਸੂਰ ਦਾ ਯੂਟਿਊਬ ਚੈਨਲ, ਹੋਰ ਹੋਰ ਹੈਂ ਹੈਂ ਹਾਂ ਇਹ ਜ਼ੈਦ ਖਾਨ ਜੀ, ਜ਼ੈਦ ਹਿਮ ਇਹ ਆਪਣਾ, ਤੇ ਮੈਂ ਆਪਣਾ ਆਪਣੇ ਆਪ ਨੂੰ ਦਿਖਾ ਲਾਂ, ਹੈ ਜ਼ੈਦ ਗਿਆ ਸੀ ਸ਼ਾਰਦ ਡਾਰੇ ਦਾ ਜਿਹਨਾਂ ਰਿਪੋਰਟਾਂ ਕਰਾਉਣਾ ਸੀ ਉਹ ਕਰਾ ਕੇ, ਅਤੇ ਹੁਣ ਅਸਾਂ ਅੱਗੇ ਗੈਰ ਰਿਪੋਰਟਾਂ ਇਹ ਹਨ ਕਿਉਂਕਿ ਕਲੀਨਿਕ ਬੰਦ ਰਿਪੋਰਟਾਂ ਤਾਂ ਅਸਾਂ ਕੱਲ੍ਹ ਕਰਾਇਆ ਸੀ, ਅਤੇ ਅੱਜ ਅਸਾਂ ਕਿ ਚਲੋ ਡਾਕਟਰ ਨੂੰ ਲਿਖੇ ਜਾਂਦੇ ਉਹਨੇ ਅੱਗੇ ਇਹਨੇ ਕੰਨ 'ਤੇ ਮਸ਼ੀਨ ਮਤਲਬ ਸੀ, ਅਤੇ ਉਹਦਾ ਮਤਲਬ ਘੱਟ ਸੁਣਦਾ ਪਈ, ਅਤੇ ਹੁਣ ਅਸਾਂ ਆ ਗਏ ਘਰ, ਅਤੇ ਉੱਥੋਂ ਵਿਲਾਗ ਨਹੀਂ ਬਣਿਆ ਪੁੱਛੇ ਜੀ ਸ਼ਰਮਾ ਮੇਰੇ ਇਕੱਠੇ, ਅਤੇ ਹੁਣ ਅਸਾਂ ਆ ਗਏ ਜ਼ੈਦ ਸਲਾਮ ਕਰ, ਸ਼ਾਇਦ ਤੂੰ ਵੀ ਸਲਾਮ ਕਰ। ਇਹ ਮੇਰਾ ਛੋਟਾ ਮੇਰਾ ਜ਼ੈਦ, ਇਹ ਸ਼ਾਇਦ ਇਹ ਪਹਿਲੇ ਤੋਂ ਮੁਲਾਕਾਤ ਕਰਵਾਈ ਨਹੀਂ, ਕਾਫੀ ਦੁਬਾਰਾ ਤੋਂ ਮੁਲਾਕਾਤ ਨਹੀਂ ਕਰਵਾਇਆ, ਆ ਗਈ ਦੁੱਖ ਬੰਦੇ ਪਏ, ਅਤੇ ਹੁਣ ਟਾਈਮ ਸੀਗਾ ਕਾਫੀ ਲੇਟ, ਵਿਲਾਗ ਬਣ ਬਣਾ ਮਹੀਨਾ ਹੈ, ਲੇਕਿਨ ਇੱਕ ਦੋਸਤ ਨੂੰ ਕਾਲ ਕੀਤੀ ਨਹੀਂ, ਉਹ ਵਕਤ ਸੀ ਮੈਂ ਉਸ ਲੇਕਿਨ ਨਹੀਂ ਆਇਆ, ਅਤੇ ਬੋਲਾ ਮੈਂ ਨਹੀਂ ਮਸਰੂਫ ਰਹਿ ਗਿਆ, ਰਿਪੋਰਟਾਂ ਕਰਾਉਣ ਇਹਨਾਂ ਦੇ ਵਿੱਚ ਆਉਣ ਇਹ ਚਾਰ ਦਿਨ ਮੈਂ, ਲੇਕਿਨ ਅੱਜ ਕਲੀਨਿਕ ਬੰਦ ਆਈ, ਅਤੇ ਹੁਣ ਟਾਈਮ ਕਾਫੀ ਲੇਟ ਸੀ ਹੈ, ਅੱਜ ਵਿਲਾਗ ਕਰਦੇ ਹਾਂ, ਇਨ ਸ਼ਾਅੱਲਾ ਨੈਕਸਟ ਵੀਡੀਓ 'ਤੇ ਮਿਲਸੋ, ਤੇਰਾ ਵੀਡੀਓ ਅੱਛਾ ਲੱਗੇ ਇਸ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਪੇਜ ਨੂੰ ਲਾਈਕ ਫਾਲੋ ਕਰੋ, ਸ਼ੁਕਰੀਆ, ਅੱਲਾ ਹਾਫਿਜ਼, ਬਾਏ ਬਾਏ।